ਸ਼ਰਮਸਾਰ ਹੋਣਾ ਪਵੇ ਗਏ ਤੇਰਾ ਜਨਮ ਬੜੀ ਸ਼ਰਮਿੰਦਗੀ ਭਰਿਆ ਲਨਤ ਬਲਾਇਆ ਜੇ ਤੂੰ ਆਪਣੇ ਜੀਵਨ ਵਿੱਚ ਸ਼ਬਦ ਵਿੱਚ ਸੁਰਤ ਨਹੀਂ ਜੋੜੀ ਜੋੜਨ ਦਾ ਯਤਨ ਕਰ ਤੁਰ ਭਾਈ ਸਾਹਿਬ ਤੀਜਾ ਪਰਮਾਨ ਦੇਂਦੇ ਭਾਈ ਸਾਹਿਬ ਕਹਿੰਦੇ ਗੁਰ ਚਰਨਾ ਮ੍ਰਿਤ ਕੈ ਚਾਤਰ ਕੁਨਾ ਹੋਈ ਮਿਲੈ ਗੁਰੂ ਦਾ ਚਰਨਾ ਮ੍ਰਿਤ ਕਹਿੰਦੇ ਬਬੀਹਾ ਪਾਣੀ ਲਈ ਤੜਫਦਾ ਤੇ ਬਬੀਹਾ ਜਿਹੜਾ ਉਹ ਤਰਤੀ ਤੋਂ ਪਾਣੀ ਨਹੀਂ ਪੀਂਦਾ ਮੀਂਹ ਪਵੇ ਤਾਂ ਉਹਦੇ ਵਿੱਚ ਛੱਟਾਂ ਉਹਦੇ ਚੋਟੀ ਚ ਵੱਜਦੀਆਂ ਉਹ ਪਾਣੀ ਉਹ ਪੀਂਦਾ ਹੈ ਉਹਦੀ ਪਿਆਸ बुਝ ਜਾਂਦੀ ਹੈ ਉਹ ਪੁਕਾਰਦਾ ਰਹਿੰਦਾ ਹੈ ਮਹਾਰਾਜ ਨੇ ਵੀ ਬਾਣੀ ਅੰਦਰ ਕਿਹਾ ਮਰਤ ਵੇਲੇ ਬਾਬੀਹਾ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੈ ਨੂੰ ਫਰਮਾਨ ਹੁਆ ਵਰਸੋ ਕਿਰਪਾ ਧਾਰ ਇੰਦਰ ਨੂੰ ਕਿਹਾ ਮੀਂਹ ਪਾਸ ਇਹਦੀ ਪੁਕਾਰ ਇਹਦੀ ਪਿਆਸ ਬੁਝਾ ਤੇ ਕਬੀਰ ਸਾਹਿਬ ਵੀ ਕਹਿੰਦੇ ਰਾਤ ਦਿਵਸ ਕੇ ਕੂਕਨੇ ਕਬ ਹੁ ਕੈ ਸੁਨੇ ਪੁਕਾਰ ਰਾਤ ਬਦਨੇ ਆਰਾਧ ਤੇਰੀ ਵੀ ਪੁਕਾਰ ਸੁਣੀ ਜਾਏਗੀ ਜੇ ਪੰਛੀ ਦੀ ਸੁਣੀ ਗਈ ਤਾਂ ਮਹਾਰਾਜ ਦੇਗੇ ਤਰਲਾ ਲੈ ਕਿ ਮੇਰੀ ਸੁਰਤ ਵਿੱਚ ਸ਼ਬਦ ਗੂੰਜੇ ਮਹਾਰਾਜ ਮੈਨੂੰ ਨਾਮ ਦਿਓ ਅੰਦਰ ਦਾ ਟਿਕਾਓ ਦਿਓ ਆਪਣਾ ਗਿਆਨ ਦਿਓ ਮਲਾਪ ਦਿਓ ਅਸੀਂ ਤਾਂ ਸਾਡੀਆਂ ਤਾਂ ਮੰਗਾ ਹੀ ਹੋਰ ਨੇ ਠੀਕ ਹੈ ਉਹ ਵੀ ਅਸੀਂ ਮੰਗਣੀਆਂ ਕਿੱਥੋਂ ਮੰਗੀਏ ਬਾਹਰ ਦੇ ਕਾਰਜ ਉਦੋਂ ਪਹਿਲਾਂ ਗੁਰੂ ਨੂੰ ਮੰਗ ਲਓ ਫਿਰ ਮੰਗਣ ਦੀ ਲੋੜ ਨਹੀਂ ਪਵੇਗੀ ਤੇਰਾ ਗੁਰੂ ਨੂੰ ਮੰਗ ਲਿਆ ਗੁਰੂ ਨੂੰ ਮੰਗਿਆ ਨਹੀਂ ਕਹਿੰਦੇ ਉਸ ਨੇ ਪਾਣੀ ਹੋਰ ਨਹੀਂ ਪੀਤਾ ਤੇ ਸਜਨਾ ਤੇਰੇ ਹਿਰਦੇ ਵਿੱਚ ਪ੍ਰਭੂ ਦਾ ਅੰਮ੍ਰਿਤ ਨਾਮ ਟਿਕਣਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਚਰਨ ਪਾਉਲ ਸੀ ਗੁਰਸਿੱਖੀ ਦੇ ਵਿੱਚ ਦਾਖਲ ਹੋਣਾ ਗੁਰਸਿੱਖ ਬਨਣ ਲਈ ਇਸ ਧਰਮ ਦਾ ਉਨਿਆਈ ਬਨਣ ਲਈ ਇਸ ਮਾਰਗ ਦਾ ਪੰਧੀ ਬਨਣ ਲਈ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਣ ਲਈ ਉਸੇ ਚਰਨਾਮ੍ਰਿਤ ਨੂੰ ਜਿਹੜਾ ਸੀ ਖੰਡੇ ਦਾ ਅੰਮ੍ਰਿਤ ਗੁਰੂ ਨੇ ਅੰਮ੍ਰਿਤ ਖੰਡੇ ਦਾ ਬਣਾ ਦਿੱਤਾ ਕਲਗੀਧਾਰ ਪਿਤਾ ਮਹਾਰਾਜ ਦਸ਼ਮੇਸ਼ ਜੀ ਨੇ ਕਿ ਪੀਵੋ ਪਹੁਲ ਖੰਡ ਧਾਰ ਹੋਇ ਜਨਮ ਸੁਹੇਲਾ ਸੁਹਾਵਣਾ ਬਣੇਗਾ ਪੀਵੋ ਤੇ ਹੁਣ ਅੰਮ੍ਰਿਤ ਕੌਰਾ ਬਿਖਿਆ ਮਿੱਠੀ ਅੰਮ੍ਰਿਤ ਨਾਮ ਜਾਣੇ ਕਰਕੌੜਾ ਨਾਮ ਨੂੰ ਵੀ ਕੌੜਾ ਨਿੰਦਿਆ ਚੁਗਲੀ ਬੜੀ ਮਿੱਠੀ ਤੇ ਬਾਹਰੋਂ ਅੰਮ੍ਰਿਤ ਵੀ ਜਿਹੜਾ ਸ਼ੱਕਣਾ ਹੈ ਉਹਦੇ ਤੋਂ ਕੁਤਰਾਉਂਦੇ ਕਈ ਵਾਰ ਤਾਂ ਜਦੋਂ ਅੰਮ੍ਰਿਤ ਛਕਾਉਣਾ ਹੁੰਦਾ ਨਾ ਗੁਰੂ ਸਾਹਿਬ ਜੀ ਦੇ ਅਵਤਾਰ ਪੁਰਬ ਤੇ ਦਸਮ ਪਿਤਾ ਦੇ ਆਪ ਸੰਗਤਾਂ ਬਹੁਤ ਸਾਥ ਦਿੰਨੇ ਹੋ ਤੁਹਾਡੇ ਕਾਰਨ ਮੇਰੇ ਤੋਂ ਤਾਂ ਕਥਾ ਭਾਵੇਂ ਕੰਟਾ ਹੋਰ ਕਰਾ ਲਿਆ ਕਰੋ ਤੁਹਾਡੇ ਬਿਗੈਰੇ ਸਮਾਗਮ ਨਹੀਂ ਹੋ ਸਕਦੇ ਸੰਗਤਾ ਕਰਦੀਆਂ ਤਾਂ ਤਾਂ ਬੜਾ ਪਿਆਰ ਹੈ ਤੁਹਾਡਾ ਗੁਰੂ ਨਾਲ ਮੈਂ ਕਈ ਵੇਰ ਵੇਖਦਾ ਜਿਹੜੇ ਪ੍ਰੇਮ ਵਾਲੇ ਆਉਂਦੇ ਹੁੰਦੇ ਨਾ ਉਹਨਾਂ ਨੂੰ ਹੁੰਦਾ ਵੀ ਆ ਦਿਨ ਪਾਸੇ ਗਿਆਨੀ ਦੇ ਮੱਥੇ ਨਾ ਲੱਗਿਆ ਨੇ ਕਹਿੰਦਾ ਮਰਸ਼ਕੋ ਕੀ ਜਵਾਬ ਦੇ ਮੰਗੇ ਕੀ ਕਹੇ ਤਾਂ ਗੰਦ ਜੀ ਘਰੇ ਸਲਾਹ ਕਰ ਲਈਏ ਅੰਮ੍ਰਿਤ ਦੀ ਜਗਾ ਤੇ ਬਾਬੀ ਹਾ ਸ਼ਾਂਤੀ ਬੂਨ ਤੋਂ ਬਗੈਰ ਹੋਰ ਪੀਂਦਾ ਨਹੀਂ ਕਹਿੰਦਾ ਜੇ ਮੈਂ ਉਹ ਪੀ ਲਿਆ ਅੰਮ੍ਰਿਤ ਪੀ ਲਿਆ ਫਿਰ ਮੈਂ ਆਹ ਹੋਰ ਜਿਹੜਾ ਕੁਝ ਪੀਣਾ ਪੋਣਾ ਆ ਉਹ ਕਿੱਧਰ ਨੂੰ ਜਾਵਾਂਗਾ ਹੋਰ ਕਈ ਚੀਜ਼ਾਂ ਮ ਖਾਣੀਆਂ ਪੀਣੀਆਂ ਨੇ ਉਹ ਵੀ ਤਾਂ ਪੀਣੀਆਂ ਮੈਂ ਕਿੱਧਰ ਨੂੰ ਜਾਵਾਂ ਤੇ ਉਹਨਾਂ ਦੇ ਨਾਲ ਘਰ ਬਰਬਾਦ ਹੁੰਦੇ ਮੂੰਹ ਸਿਰ ਪਾੜ ਦਾਂਦੇ ਬਹੁਤ ਬੇਪਤੀ ਹੁੰਦੀ ਤਾਂ ਨ ਵੀ ਜਾਂਦਾ ਔਰ ਇੱਜ਼ਤ ਵੀ ਜਾਂਦੀ ਤੇ ਤੁਸੀਂ ਗੁਰੂ ਕੇ ਖੰਡੇ ਵੱਟੇ ਦਾ ਪੌਲ ਲੈ ਲਓ ਤੇ ਤੁਹਾਡੇ ਗਾਤਰਾ ਪਾਇਆ ਹੋਵੇ ਦਸਤਾਰ ਸਜਾਇਆ ਹੋਵੇ ਭਾਵੇਂ ਨੋਰਮਲ ਕਪੜਾ ਹੋਵੇ ਤੁਹਾਨੂੰ ਕਹਿਣਗੇ ਗਿਆਨੀ ਜੀ ਆਓ ਗਿਆਨੀ ਜੀ ਦਾ ਲਖਬ ਮਿਲੇਗਾ ਪਤਾ ਇੱਕ ਗਿਆਨੀ ਕਰਨੀ ਪੈਂਦੀ ਏ ਇੱਕ ਟਰੱਕ ਗ੍ਰੰਥਾਂ ਦਾ ਪੜ੍ਹ ਕੇ ਫੇਰ ਇਧਰ ਨੂੰ ਆਉਣਾ ਪੈਂਦਾ ਫੇਰ ਉਹਨੂੰ ਗਿਆਨੀ ਕਹਿੰਦੇ ਨੇ ਉਹ ਗੁਰੂ ਨੇ ਏਡੀ ਵੱਡੀ ਦਾਤ ਦਿੱਤੀ ਤੁਸੀਂ ਅਮਰ ਸ਼ਕਲੋ ਕਕਾਰ ਪਹਿਨ ਲਓ ਦੂਜੇ ਤੁਹਾਨੂੰ ਗਿਆਨੀ ਜੀ ਕਹਿ ਕੇ ਬੁਲਾਉਣਗੇ ਇੱਡੀ ਵੱਡੀ ਉਪਾਧੀ ਕਿਦੋਂ ਮਿਲਦੀ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਨੂੰ ਸ਼ਾਕਤ ਐਉ ਮੰਗ ਇੱਥੇ ਤਾਂ ਜ ਹੱਥ ਜੋੜ ਕੇ ਕਹਿਣਾ ਪੈਂਦਾ ਉਹ ਨਸ਼ਿਆਂ 'ਚੋਂ ਨਿਕਲ ਆਓ ਕਕਾਰ ਵੀ ਗੁਰੂ ਘਰ ਵੱਲੋਂ ਦਿੱਤੇ ਜਾਣਗੇ ਤੁਹਾਡੇ ਘਰੀ ਵੀ ਆਵਾਂਗੇ ਔਰ ਤੁਹਾਨੂੰ ਜਿਹੜੇ ਕੁਸ਼ਾਰੇ ਵੀ ਦਿੱਤੇ ਜਾਣਗੇ ਅਮਰੇ ਸ਼ਕ ਲੋ ਸਿੱਖ ਦੇ ਅੰਦਰ ਦੀ ਤੜਫ ਹੋਵੇ ਐ ਅਮਰਤ ਲਈ ਤੜਫੇ ਜਿਵੇਂ ਬਬੀਹਾ ਸ਼ਾਂਤੀ ਬੂੰਦ ਲਈ ਤੜਫਦਾ ਹੈ ਸੁਰ ਨਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਗੁਰੂ ਤੋਂ ਮੰਗ ਗੁਰੂ ਦਾਤ ਦੇਵੇ ਉਸ ਸ਼ਰੀਰਕ ਤੌਰ ਤੇ ਬਾਹਰੀ ਤੌਰ ਤੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਾਤ ਬਖਸ਼ੀ ਉਹ ਵੀ ਦਿੰਦਾ ਹੈ ਤੇ ਫਿਰ ਉਹਦੇ ਨਾਲ ਅੰਦਰ ਨਾਮ ਟਿਕਾਉਂਦਾ ਹੈ ਜਿਹੜਾ ਹਰ ਵਕਤ ਹੀ ਅੰਮ੍ਰਿਤ ਬਣਾਉਂਦਾ ਹੈ ਅੰਮ੍ਰਿਤ ਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ ਕਈ ਕਹਿੰਦੇ ਜੀ ਸਾਡੇ ਤੋਂ ਅੰਮ੍ਰਿਤ ਰੱਖਿਆ ਨਹੀਂ ਜਾਣਾ ਹੱਦ ਹੋ ਗਈ ਆ ਅੰਮ੍ਰਿਤ ਨੇ ਸਾਨੂੰ ਰੱਖਣਾ ਹੈ ਕਿ ਅਸੀਂ ਅੰਮ੍ਰਿਤ ਨੂੰ ਰੱਖਣਾ ਹੈ ਅੰਮ੍ਰਿਤ ਦੀ ਰਖਵਾਲੀ ਅੰਮ੍ਰਿਤ ਦਾ ਵਾਲੀ ਕਰੇਗਾ ਅੰਮ੍ਰਿਤ ਦਾ ਦਾਤਾ ਕਰੇਗਾ ਅਸੀਂ ਕਹਿੰਦੇ ਮੇਰੇ ਤੋਂ ਨਹੀਂ ਉਹਨੇ ਸਾਡੀ ਰੱਖਿਆ ਕਰਨੀ ਹੈ ਦੁੱਖਾਂ ਤੋਂ ਦਰਦਾਂ ਤੋਂ ਕਲੇਸ਼ਾਂ ਤੋਂ ਉਪਦਰਮਾਂ ਤੋਂ ਅਸੀਂ ਕੌਣ ਆਸੀਂ ਤਾਂ ਆਪਦੀ ਰੱਖਿਆ ਨਹੀਂ ਕਰ ਸਕਦੇ ਉਹਦੀ ਕੀ ਕਰਾਂਗੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਗੁਰ ਚਰਨ ਅੰਮ੍ਰਿਤ ਕੈਾ ਚਾਤਰ ਕ ਨਾ ਹੋਏ ਮਿਲੈ ਜੇ ਬੀਹੇ ਵਰਗੀ ਗੁਰੂ ਦੇ ਅੰਮ੍ਰਿਤ ਲਈ ਤੇਰੇ ਅੰਦਰ ਤੜਫ ਨਹੀਂ ਉਪਜੀ ਅੰਦਰੋਂ ਮੰਗ ਨਹੀਂ ਉਪਜੀ ਅੰਦਰੋਂ ਮਨੇ ਵਾਰ-ਵਾਰ ਅੰਮ੍ਰਿਤ ਲੋਚਿਆ ਨਹੀਂ ਅੰਮ੍ਰਿਤ ਮੰਗਿਆ ਨਹੀਂ ਤੇ ਫਿਰ ਕਹਿੰਦੇ ਰਿਧੈ ਨਾ ਵਿਸਵਾਸ ਗੁਰਦਾਸ ਹੋਏ ਨਾ ਹਸਾ ਵਈ ਕਹਿੰਦੇ ਫਿਰ ਹਿਰਦੇ ਚ ਭਰੋਸਾ ਹੀ ਨਹੀਂ ਗਾ ਆਪਣੇ ਗੁਰੂ ਤੇ ਐਵੇਂ ਕਹੀ ਜਾਂਦਾ ਮੈਂ ਗੁਰੂ ਕਾ ਸੇਖਾਂ ਜੀ ਮੈਂ ਦਾਸਾਂ ਦੀ ਮੈਂ ਸੇਵਕਾਂ ਦੀ ਮੈਂ ਕੂਕਰਾਂ ਮੇਰੀ ਤਰ੍ਹਾਂ ਕਹੀ ਜਾਂਦਾ ਅੰਦਰ ਗੁਰੂ ਤੇ ਭਰੋਸਾ ਹੀ ਨਹੀਂ ਕਹ ਲੱਗੇ ਲੋਕਾਂ ਦੇ ਮਖੌਲ ਬਣ ਗਿਆ ਤੂੰ ਮਖੌਲ ਲੋਕਾਂ ਲਈ ਤੇਰੇ ਇਤਿਹਾਸ ਹੋਈ ਨੀਆਂ ਕਵਤਾਵਾਂ ਬਨ ਲਗ ਪੀਆਂ ਗੱਲਾਂ ਹੋ ਲਗ ਪੀਆਂ ਤੂੰ ਇੱਕ ਮਖੌਲ ਤੇਰਾ ਜੀਵਨ ਹੋ ਗਿਆ ਜੋ ਬੋਲਦਾ ਕਰਦਾ ਨਹੀਂ ਗੁਰੂ ਨੇ ਜੋ ਬੋਲਿਆ ਕੀਤਾ ਤੇ ਜੋ ਕਿਹਾ ਉਹ ਸਾਨੂੰ ਕਰਨ ਨੂੰ ਕਿਹਾ ਤੇ ਕਮਾਉਣ ਨੂੰ ਕਿਹਾ ਉਹ ਕਰ ਕਹਿੰਦੇ ਬਬੀਵੇ ਅਰਗੀ ਤੜਫ ਨਾਲ ਗੁਰੂ ਤੋਂ ਸ਼ਾਂਤੀ ਬੂੰਦ ਅੰਮ੍ਰਿਤ ਮੰਗ ਤੇ ਉਹ ਤੜਫ ਇੰਨੀ ਹੋਵੇ بے ਬਲਤਾ ਹੋਵੇ ਫੇਰ ਤੇਰੀ ਉਹ ਅੰਮ੍ਰਿਤ ਛਕਦੇ ਆਂ ਜਪਦੇ ਆਂ ਜਨਮ ਜਨਮਾਂਤਰਾਂ ਦੀ ਪਿਆਸ ਮਿਟ ਜਾਵੇਗੀ ਔਰ ਉਹ ਪਿਆਸ ਖਤਮ ਹੋ ਜਾਵੇਗੀ ਫੇਰ ਤੈਨੂੰ ਅੰਤਰਾਤਮੇ ਦੇਦਾਰ ਹੋਵੇਗਾ ਚੌਥਾ ਪਰਮਾਨ ਭਾਈ ਸਾਹਿਬ ਦਿੰਦੇ ਕਹਿੰਦੇ ਸਤ ਰੂਪ ਸਤ ਨਾਮ ਫਿਰ ਸਤ ਸਰੂਪ ਸੱਚ ਸਰੂਪ ਜੋ ਪਰਿਪੂਰਨ ਪਰਮਾਤਮਾ ਹੈ ਤੇ ਉਹਦਾ ਸੱਚਾ ਨਾਮ ਜਪਦਿਆਂ ਉਹ ਰੂਪ ਨਦਰ ਆਵੇਗਾ। ਔਰ ਪਰਿਪੂਰਨ ਪਰਮਾਤਮਾ ਨਿਰਗੁਣ ਅੰਦਰ ਜਪਦਿਆਂ ਤੇ ਫਿਰ ਸਤ ਗੁਰ ਗਿਆਨ ਗੁਰੂ ਦਾ ਪ੍ਰਕਾਸ਼ ਅੰਦਰ ਦੀਵਾ ਜਲੇਗਾ। ਉਸ ਨਾਮ ਨਾਲ ਪ੍ਰਕਾਸ਼ ਗਿਆਨ ਹੋਵੇਗਾ। ਤੇ ਧਿਆਨ ਉਹ ਸ਼ਬਦ ਧੁਨ ਦੇ ਵਿੱਚ ਟਿਕ ਜਾਵੇ ਉਹਦੇ ਵਿੱਚ ਮਗਨਤਾ ਹਾਸਲ ਕਰ ਉਹਦੇ ਨਾਲ ਜੁੜ ਕੇ ਤੁਰ ਕੇ ਉਹਦੇ ਵਿੱਚੋਂ ਏਕ ਟੇਕ ਤੇਰੀ ਟੇਕ ਭਰੋਸਾ ਇੱਕ ਤੇ ਹੋਵੇ ਮੇਰਾ ਮਾਲਕ ਦੇਨਹਾਰਾ ਮੇਰਾ ਦਾਤਾ ਰਹਿਮਤਾ ਕਰਨ ਵਾਲਾ ਤੇ ਕਹਿੰਦੇ ਸਿੱਖ ਜਲ ਮੀਨ ਸਿੱਖ ਦੀ ਪ੍ਰੀਤੀ ਕਿਵੇਂ ਮੱਛੀ ਤੇ ਪਾਣੀ ਵਾਲੀ ਸਿੱਖ ਦੀ ਪ੍ਰੀਤੀ ਮੱਛੀ ਤੇ ਪਾਣੀ ਵਾਲੀ ਪਾਣੀ ਦੇ ਤੁਲ ਮੱਛੀ ਕਿਸੇ ਚੀਜ਼ ਨੂੰ ਤਰਜੀਹ ਨਹੀਂ ਦਿੰਦੀ ਕਿਸੇ ਨੂੰ ਨਹੀਂ ਮੰਨਦੀ ਸਿੱਖ ਬਾਣੀ ਦੇ ਤੁਲ ਗੁਰੂ ਬਾਣੀ ਦੇ ਤੁਲ ਕਿਸੇ ਨੂੰ ਵੀ ਬਰਾਬਰੀ ਨਹੀਂ ਦਿੰਦਾ ਆਪਣੇ ਜੀਵਨ 'ਚ ਆਪਣੇ ਅੰਦਰ ਬਡਉਤੀ ਨਹੀਂ ਦਿੰਦਾ ਸਭ ਚੀਜ਼ਾਂ ਪਿੱਛੇ ਗੁਰਬਾਣੀ ਗੁਰੂ ਪਹਿਲਾਂ ਔਰ ਉਹਦੇ ਨਾਲ ਜੁੜਦਾ ਫਿਰ ਕਹਿੰਦੇ ਹੋਏ ਦਿਖਾਵਈ ਇਸ ਤਰ੍ਹਾਂ ਦਾ ਜੀਵਨ ਬਣਾ ਕੇ ਫਿਰ ਉਹ ਦਿਖਾਉਂਦਾ ਦੁਨੀਆ ਦੇ ਸਾਹਮਣੇ ਦੁਨੀਆ ਨੂੰ ਪਤਾ ਲੱਗਦਾ ਕਿ ਗੁਰੂ ਕਾ ਸਿੱਖ ਹੈ ਇਹ ਬਾਣੀ ਨਾਲ ਜੁੜਿਆ ਬਾਣੀ ਦੇ ਮਾਰਗ ਤੇ ਤੁਰਿਆ ਔਰ ਉਸ ਮਾਰਗ ਤੇ ਪੰਚਾਉਣ ਵਾਲਾ ਭਾਈ ਸਾਹਿਬ ਅਗਲੇ ਕਬੇਤਵਾਰਾ ਕਿਰਪਾ ਕਰਦੇ ਉੱਤਮ ਮਦਮ ਅਰ ਅਦਮ ਮੇਰ ਬਿੱਦਾ ਜਾਗਾ ਭਾਈ ਗੁਰਦਾਸ ਸਾਹਿਬ ਕਹਿੰਦੇ ਤਿੰਨ ਪ੍ਰਕਾਰ ਦੀ ਦੁਨੀਆ ਇੱਕ ਉੱਤਮ ਬੜੇ ਚੰਗੇ ਮੱਦਮ ਵਿਚਾਲੇ ਵਾਲਾ ਮੇਲ ਅਧਮ ਜਿਹੜੇ ਅਤ ਦੇ ਔਰ ਨੀਤਾਈ ਦੇ ਕਰਮ ਕਰਨ ਵਾਲੇ ਨੀਚ ਉਹ ਆ ਜਿਹਦੀ ਸੋਚ ਮਾੜੀ ਨੀਚ ਉਹ ਆ ਜਿਹਦੇ ਕਰਮ ਮਾੜੇ ਕਿਰਤੂ ਮਾੜੀ ਕਰਤੂਤਾ ਮਾੜੀਆਂ ਕਿਸੇ ਕੁਲ ਕੋਨੇ ਵਿੱਚ ਜਨਮ ਲੈਣ ਦੇ ਨਾਲ ਨਹੀਂ ਜਿਨਨੇ ਉਹ ਕਰਮ ਕੀਤੇ ਔਰ ਮਦਮ ਉਹ ਆ ਕਿ ਉੱਚ ਗੁਰਦੁਆਰੇ ਵੀ ਆ ਜਾਂਦਾ ਹੋਰ ਜਗਾਵਾਂ ਤੇ ਵੀ ਚਲਾਇਆ ਜਾਂਦਾ ਹੈ ਔਰ ਉਹ ਗੁਰੂ ਵਾਲੇ ਪਾਸੇ ਨੂੰ ਵੀ ਤੁਰ ਪੈਂਦਾ ਤੇ ਦੂਜੇ ਪਾਸੇ ਵੀ ਤੁਰ ਪੈਂਦਾ ਵਿਚਾਲੇ ਵਾਲਾ ਮੇਲ ਜਿਆ ਉੱਤਮ ਉਹ ਆ ਜਿਹੜਾ ਚੰਗੇ ਮਾਰਗ ਤੇ ਚੱਲਦਾ ਮੰਦੇ ਤੇ ਪੈਰ ਨਹੀਂ ਧਰਦਾ ਆ ਸ਼ਾਈ ਵੱਲ ਨੂੰ ਤੁਰਦਾ ਹੈ ਅੱਛੇ ਵਿਚਾਰ ਕਰਦਾ ਹੈ ਬੁਰਾਈ ਦਾ ਸਾਥ ਨਹੀਂ ਦਿੰਦਾ ਭਾਈ ਸਾਹਿਬ ਕਹਿੰਦੇ ਸਭ ਕੋ ਜਿਹੜੇ ਐਸੇ ਨੇ ਉਤਮ ਮਦਮ ਅਰ ਅਧਮ ਮ ਤ੍ਰਵਦ ਜਗ ਤਿੰਨ ਪ੍ਰਕਾਰ ਦੇ ਜੀਵ ਜਗਤ ਵਿੱਚ ਨੇ ਆਪਣੋ ਸਵਨ ਕਾਹੂ ਬੂਰੋ ਤੌ ਨਾ ਲੱਗ ਹੈ ਆਪਣਾ ਮਿੱਤਰ ਦੁਸ਼ਤ ਆਪਣਾ ਪੱਖੀ ਆਪਣਾ ਪੁੱਤਰ ਕਿਸੇ ਨੂੰ ਮਾੜਾ ਨਹੀਂ ਲੱਗਦਾ ਜਿਹੋ ਜੇ ਕੋਈ ਫਿਰਕੇ ਚ ਨਾ ਜਿਸ ਤਰ੍ਹਾਂ ਦੇ ਮਾਹੌਲ ਚ ਕੋਈ ਰਹਿ ਰਿਹਾ ਹੈ ਉਹਨੂੰ ਉਹੋ ਜਿਹਾ ਚੰਗਾ ਲੱਗਦਾ ਹੈ ਉਹਨਾਂ ਜਿਹੜੇ ਗੀਤ ਨਿੰਦਿਆ ਚੁਗਲੀਆਂ ਸੁਣਨ ਕਰਨ ਵਾਲੇ ਉਹਨਾਂ ਨੂੰ ਕਥਾ ਕੀਰਤਨ ਚੰਗਾ ਨਹੀਂ ਜੇ ਲੱਗਦਾ ਗੁਸਤਾਖੀ ਮਾਫ ਉਹਨਾਂ ਨੂੰ ਚੰਗਾ ਨਹੀਂ ਇਹ ਲੱਗਦਾ ਉਹ ਕਹਿਣਗੇ ਐਵੇਂ ਬੈਠਾ ਰੌਲਾ ਪਾਈ ਜਾਂਦਾ ਕਦੀ ਕਿਸੇ ਪਾਸੇ ਨੂੰ ਲੈ ਤੁਰਦਾ ਕਦੀ ਕਿਸੇ ਪਾਸੇ ਨੂੰ ਇਹਨੂੰ ਕੀ ਪਤਾ ਬੜੇ ਕਹਿ ਦਿੰਦੇ ਐਵੇਂ ਰੌਲਾ ਹੀ ਹੈ ਗੁਰੂ ਕਿਰਪਾ ਕਰੇ ਖੈਰ ਔਰ ਭਾਈ ਸਾਹਿਬ ਕਹਿੰਦੇ ਨੇ ਔਰ ਆਪਣਾ ਪੁੱਤਰ ਚੰਗਾ ਲੱਗਦਾ ਉਹ ਚ ਭਵੇਂ 100 ਉਗਣ ਹੋਣ ਤੇ ਕਿਸੇ ਦਾ ਚੰਗਾ ਭਲਾ ਹੋਵੇ ਅਖਣਗੇ ਕਿ ਇਹਨੂੰ ਕੀ ਪਤਾ ਬਾਈ ਸਾਹਿਬ ਕਹਿੰਦੇ ਅਗਲੇ ਪਰਮਾਨ ਵਿੱਚ ਸਬ ਕੋ ਬਨਦ ਕਰਤ ਲਭ ਲਭ ਤਕ ਹਰ ਕੋਈ ਆਪਣੇ ਢੰਗ ਨਾਲ ਵਪਾਰ ਕਰਦਾ ਹੈ ਲਾਹੇ ਵਾਸਤੇ ਵੀ ਮੈਨੂੰ ਲਾਭ ਪ੍ਰਾਪਤ ਹੋਵੇ ਕਿਸ ਤਰ੍ਹਾਂ ਦਾ ਵੀ ਕੋਈ ਵਪਾਰ ਕਰਦਾ ਹੈ ਉਹ ਚਾਹੁੰਦਾ ਉਹਦੇ 'ਚ ਮੇਰੇ ਉਨਤੀ ਆਵੇ ਅੱਗੇ ਤੋਂ ਅੱਗੇ ਆਪਨੋ ਬਿਹਾਰ ਭਲੋ ਜਨ ਉਨ ਰਗ ਹੈ ਉਹ ਇਹ ਤਰ੍ਹਾਂ ਦਾ ਹਰ ਇੱਕ ਨੂੰ ਕਹਿੰਦਾ ਮੇਰੇ ਵਾਲਾ ਕੰਮ ਬੜਾ ਚੰਗਾ ਬੜਾ ਲਾਹਾ ਹੈ ਬਹੁਤ ਮਨਤਾ ਇਹਦੇ ਚ ਲਾਭ ਹੋਇਆ ਆਪਣੇ ਕੰਮ ਦਾ ਪ੍ਰੇਮੀ ਬਣਿਆ ਉਹਦੇ ਵਿੱਚ ਭਾਈ ਸਾਹਿਬ ਕਹਿੰਦੇ ਤੈਸੇ ਆਪਣੇ ਆਪਣੇ ਇਸ਼ਟ ਐ ਚਾਹਤ ਸਭੈ ਇਸੇ ਤਰ੍ਹਾਂ ਆਪਣੇ ਆਪਣੇ ਫਿਰਕੇ ਚ ਰਹਿ ਕੇ ਨਾ ਲੋਕਾਂ ਨੇ ਆਪਣੇ ਆਪਣੇ ਇਸ਼ਟ ਦੇਵ ਬਣਾਏ ਨੇ ਤੇ ਉਹਦੀ ਉਹਦੀ ਚਾਹਤ ਹੈ ਉਹਦੀ ਉਹਦੀ ਇੱਛਾ ਉਹਦੇ ਤੇ ਉਹਨਾਂ ਦਾ ਇਮਾਨ ਹੈ ਉਧਰ ਨੂੰ ਉਹਨਾਂ ਦੇ ਖਿਆਲات ਜੁੜੇ ਹੋਏ ਨੇ ਉਹਨਾਂ ਨੂੰ ਚਾਹੁੰਦੇ ਲੋੜਦੇ ਜਿੱਥੇ-ਜਿੱਥੇ ਕਿਸੇ ਦੀ ਆਸਤਾ ਲੱਗੀ ਹੋਈ ਏ ਭਾਈ ਸਾਹਿਬ ਕਹਿੰਦੇ ਆਪਣੇ ਪਹਿਰੇ ਸਭ ਜਗਤ ਸੁ ਜਾਗ ਹੈ ਭਾਈ ਸਾਹਿਬ ਕਹਿੰਦੇ ਆਪਣੇ ਅਧਿਕਾਰ ਅੰਦਰ ਸਾਰਾ ਜਗਤ ਜਿਹੜਾ ਏ ਔਰ ਜਾਗਦਾ ਏ ਚੱਲਦਾ ਏ ਸਮਝਦਾ ਏ ਵਰਤਦਾ ਏ ਆਪਣੀ-ਆਪਣੀ ਸੋਚ ਸਮਝ ਨਾਲ ਆਪਣੀ-ਆਪਣੀ ਕਈ ਗੁਰਮਤ ਦੀ ਨਹੀਂ ਗਈ ਆਪਣੀ-ਆਪਣੀ ਆਪਣੇ-ਆਪਣੇ ਖਿਆਲ ਆਪਣੇ-ਆਪਣੇ ਇਸ਼ਟ ਬਣਾ ਲਏ ਐ ਸਭ ਚੌਥੇ ਪਰਿਵਾਰ ਪ੍ਰਮਾਣ ਵਿੱਚ ਕਹਿੰਦੇ ਸਵਨ ਸਮਰਥ ਭਏ ਬਨੰਜ ਬੇਕਾਨੇ ਜਾਣੇ ਕਹਿੰਦੇ ਸਿਆਣੇ ਪੁੱਤਰ ਉਹ ਹੋਏ ਸਮਰਥ ਉਹ ਹੋਏ ਜਿਹੜੇ ਬਨੰਜ ਵਪਾਰ ਵੇਚਣ ਵਾਸਤੇ ਤੁਰੇ ਸੌਦਾਗਰੀ ਕਰਨ ਵਾਸਤੇ ਤੁਰੇ ਜਦੋਂ ਸਿਆਣੇ ਹੋ ਗਏ کاروبਰੀ ਧੰਦਿਆਂ ਨੂੰ ਪਨਾਉਣ ਲੱਗੇ ਉਹਨਾਂ ਚ ਅੱਗੇ ਵਧਣ ਲੱਗੇ ਇਸ਼ਟ ਪ੍ਰਤਾਪ ਅੰਤਕਾਲ ਅੱਗਰ ਭਾਗ ਹੈ ਚਲਦੇ ਆ ਚਲਦੇ ਆ ਉਹਨਾਂ ਨੂੰ ਪਤਾ ਲੱਗਾ ਹੁਣ ਆਸਰਾ ਕੌਣ ਬਣੇ ਉਹ ਆਪਣੇ ਆਪਣੇ ਇਸ਼ਟ ਦਾ ਫਿਰ ਅੱਗਰ ਭਾਗ ਹੈ ਉਹਨੂੰ ਉਹਨੂੰ ਕਾਰੋਬਾਰ ਕਰਨੀਆਂ ਧਿਉਣ ਲੱਗੇ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਨਾਲ ਆਪਣੇ ਆਪਣੇ ਇਸ਼ਟ ਜਿਹੜੇ ਨੇ ਉਹਨਾਂ ਨੂੰ ਮਨਾਉਣ ਲੱਗ ਪਏ ਸੰਸਾਰ ਦਾ ਅਰ ਜਿਹੜਾ ਐਸਾ ਫਿਰਕਾ ਸੰਸਾਰ ਦਾ ਐਸਾ ਭਾਵ ਹੋਇਆ ਭਾਈ ਸਾਹਿਬ ਇਹਦੇ ਨਾਲ ਅਗਲਾ ਕਬਿੱਤ ਕਹਿੰਦੇ ਆ ਕਹਿੰਦੇ ਆਪਣੋ ਸਵਨ ਸਭ ਕਾ ਹੋਏ ਸੁੰਦਰ ਲੱਗੈ ਆਪਣੇ ਪੁੱਤਰ ਧੀਆ ਸਾਰਿਆਂ ਨੂੰ ਸੁੰਦਰ ਲੱਗਦੇ ਭਾਵੇਂ ਕੋਦੇ ਹੋਣ ਭਾਵੇਂ ਕਾਲੇ ਹੋਣ ਭਾਵੇਂ ਕੇਵਦੇ ਹੋਣ ਪਰ ਮੇਰੀ ਤਰ੍ਹਾਂ ਕੋਈ ਦੇਖੇ ਨਾ ਪਰ ਉਹ ਉਹਨਾਂ ਨੂੰ ਬੜੇ ਚੰਗੇ ਲੱਗਦੇ ਸਫਲ ਸੁੰਦਰਤਾ ਸੰਸਾਰ ਮੈਂ ਸਾਰਾ ਹੀ ਐ ਕਹਿੰਦੇ ਕੱਲੇ ਆਪਣੇ ਪੁੱਤਰ ਧੀ ਨੂੰ ਆਪਣਾ ਮਾਂ ਬਾਪ ਚੰਗਾ ਚੰਗਾ ਕਹੇ ਸੋਹਣਾ ਸੋਹਣਾ ਕਹੇ ਸੁਚੱਜਾ ਸੁਜੱਜਾ ਕਹੇ ਬੜਾ ਪਿਆਰੀ ਮੂਰਤ ਕਹੇ ਉਹਦੇ ਨਾਲ ਨਹੀਂ ਕਹਿੰਦੇ ਉਹਦਾ ਸਲੌਤਾ ਤੇ ਸੁੰਦਤਾ ਹੈ ਜਿਹਨੂੰ ਸੰਸਾਰ ਸਲਾਹੇ ਉਹ ਕਿਹੜੀ ਹੈ ਸਭਿਆਤਾ ਸ਼ੁਭ ਗੁਣਾਂ ਦੇ ਨਾਲ ਔਰ ਚੰਗੀ ਲਿਆਕੁੱਤਾ ਦੇ ਨਾਲ ਸਾਰੇ ਉਹਦਾ ਅਦਬ ਤੇ ਸਤਕਾਰ ਕਰਨ ਕਿਉਂਕਿ ਉਹਦੀਆਂ ਖੂਬੀਆਂ ਉਹਦੇ ਬੋਲ ਉਹਦਾ ਚੱਲਣਾ ਉਹਦਾ ਖਲੋਣਾ ਉਹਦਾ ਵਿਚਰਣਾ ਐਸਾ ਹੋਵੇ ਭਾਈ ਸਾਹਿਬ ਕਹਿੰਦੇ ਆਪ ਨੂੰ ਬਣਨ ਜ਼ਬੂਰੋ ਲੱਗ ਤੂੰ ਨਾ ਕਹੂਰੇ ਦੇ ਜਿੰਨਾ ਮਰਜ਼ੀ ਕੋਈ ਮਾੜਾ ਕੰਮ ਕਰ ਰਿਹਾ ਹੋਵੇ ਕਿਸੇ ਨੂੰ ਮਾੜਾ ਨਹੀਂ ਹੋ ਲੱਗਦਾ ਉਹ ਕਹਿੰਦਾ ਮੇਰੇ ਵਾਲਾ ਪਾਸਾ ਬੜਾ ਚੰਗਾ ਤੇਰੇ ਵਾਲਾ ਮਾੜਾ ਹੋ ਸਕਦਾ ਹੈ ਭਾਈ ਸਾਹਿਬ ਕਹਿੰਦੇ ਜਾਹੇ ਜਾਗ ਭਲੂ ਕਹੇ ਸੋਈ ਤੋ ਵਿਸਾਈਏ ਕਹਿੰਦੇ ਤੈਨੂੰ ਚੰਗਾ ਲੱਗਦਾ ਪਰ ਸੰਸਾਰ ਨੂੰ ਨਹੀਂ ਲੱਗਦਾ ਉਹ ਕੰਮ ਕਰ ਜਿਹੜਾ ਸਾਰੇ ਸੰਸਾਰ ਨੂੰ ਚੰਗਾ ਲੱਗੇ ਉਹ ਕਾਰੋਬਾਰ ਕਰ ਜਿਹੜਾ ਸਾਰਿਆਂ ਨੂੰ ਚੰਗਾ ਲੱਗੇ ਭਲੀ ਸੇਧ ਦੇਣ ਵਾਲਾ ਹੋਵੇ ਭਲਾ ਕਰਨ ਵਾਲਾ ਹੋਵੇ ਬੁਰਾ ਕਾਰੋਬਾਰ ਨਾ ਕੋਈ ਕਰ ਜਿਹਦੇ ਨਾਲ ਆਪਣੀ ਕੁਲ ਦਾ ਵੀ ਬੇੜਾ ਗਰਖ ਕਰ ਦੇਵੇਂ ਤੇ ਸੰਸਾਰ ਦਾ ਵੀ ਘਾਤ ਕਰਨ ਵਾਲਾ ਹੋ ਜਾਵੇਂ ਲੋਕ ਤੇਰੇ ਤੋਂ ਨਫ਼ਰਤ ਕਰਨ ਉਹ ਨਾ ਕਾਰੋਬਾਰ ਕਰ ਆਪਣੋ ਕਰਮ ਕੁਲਾ ਧਰਮ ਕਰ ਤਸਬੈ ਆਪਣੀ ਫਿਰਕੇ ਦੇ ਮੁਤਲਕ ਕੁਲਾ ਧਰਮ ਆਪਣੀ ਕੁਲ ਵਿੱਚ ਕੀ ਕਰਦੇ ਆ ਰਹੇ ਔਰ ਉਹ ਕਰਨਾ ਸਾਰੇ ਹੀ ਕਰਦੇ ਨੇ ਭਾਈ ਸਾਹਿਬ ਕਹਿੰਦੇ ਉਤਮ ਕਰਮ ਲੋਕ ਬੇਦ ਅਵਗਹੀ ਹੈ ਕਹਿੰਦੇ ਸਭ ਤੋਂ ਉੱਤਮ ਬੰਦੇ ਉਤਮ ਕਰਮ ਕੀਨੇ ਜਿਹਨੂੰ ਲੋਕ ਸਲਾਉਣ ਸਾਰੇ ਬਈ ਬਹੁਤ ਚੰਗਾ ਇਹਦੇ ਚ ਬੁਰਾ ਕੋਈ ਨਹੀਂ ਔਰ 베ਦ ਗ੍ਰੰਥ ਵੀ ਦੀ ਹਮੈਤ ਕਰਨ ਇਹ ਚੰਗਾ ਹੈ ਉਹ ਕਿਹੜਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਉਸ ਸੱਚ ਦੇ ਮਾਰਗ ਤੇ ਤੁਰਦੇ ਨੇ ਉਹਨੂੰ 베ਦ ਵੀ ਛਿਆਨੇ ਪੁਰਸ਼ ਵੀ ਭਗਤ ਵੀ ॠषि ਵਰ ਵੀ ਗੁਰ ਸਿੱਖ ਵੀ ਕਹਿੰਦੇ ਅੱਛਾ ਮਾਰਗ ਚੁਣਿਆ ਹੈ ਚੰਗੇ ਮਾਰਗ ਤੇ ਚੱਲਦਾ ਹੈ ਚੌਥਾ ਪ੍ਰਮਾਨ ਭਾਈ ਸਾਹਿਬ ਦਿੰਦੇ ਗੁਰ ਬਿਨ ਮੁਕਤ ਨਾ ਹੋਏ ਸਭ ਕਉ ਕਹ ਸਾਰੇ ਕਹਿੰਦੇ ਗੁਰੂ ਤੋਂ ਬਗੈਰ ਮੁਕਤ ਨਹੀਂ ਗੁਰੂ ਤਾਰਨਾ ਹੈ ਗੁਰੂ ਨਾਲ ਜੁੜਨਾ ਹੈ ਇਹਦੇ ਤੋਂ ਬਗੈਰ ਮੁਕਤੀ ਨਹੀਂ ਮਾਇਆ ਮੈਂ ਉਦਾਸ ਰਖੈ ਮਾਇਆ ਦੇ ਵਿੱਚ ਉਪਰਾਮ ਰਵੇ ਆਪਦੇ ਆਪ ਨੂੰ ਰਖੇ ਗੁਲਤਾਨ ਨਾ ਕਰੇ ਔਰ ਉਹਦੇ ਵਿੱਚ ਗੁਲਤਾਨ ਹੋ ਕੇ ਉਹਦੇ ਵਿੱਚ ਪਕੜ ਵਿੱਚ ਆ ਕੇ ਉਹਦੇ ਅਧੀਨ ਹੋ ਕੇ ਪ੍ਰਮਾਤਮਾ ਨੂੰ ਨਾ ਭੁੱਲੇ ਮਾਇਆ ਏ ਕ੍ਰਾਂਸੀ ਨਹੀਂ ਮਾਇਆ ਜੇ ਕੋਠੀਆਂ ਮਹਿਲ ਨਹੀਂ ਦੌਲਤ ਨਹੀਂ ਮਾਇਆ ਕਦੋਂ ਵਿਆਪਦੀ ਏ ਉਹਦਾ ਰੂਪ ਕੀ ਏ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਇਹ ਮਾਇਆ ਜਿਤ ਹਰ ਵਿਸਰੈ ਰੱਬ ਭੁਲਾਤਾ ਮੋਹ ਉਪਜੈ ਔਰ ਭਾਉ ਦੂਜਾ ਲਾਇਆ ਮੋਹ ਪੈਦਾ ਕਰਤਾ ਰੱਬ ਵੱਲੋਂ ਪ੍ਰੇਮ ਤੋੜਦਾ ਹੋਰ ਪਾਸੇ ਲਾ ਦਿੰਦਾ ਹੋਰ ਚੀਜ਼ਾਂ ਦੇਖਣ ਲੱਗ ਪਿਆ ਰੱਬ ਦਿਸਣਾ ਬੰਦ ਹੋ ਗਿਆ ਗੁਰਦੁਆਰਾ ਦਿਸਣਾ ਬੰਦ ਹੋ ਗਿਆ ਬਾਬਾ ਜੀ ਕੀ ਕਰੀਏ ਟਾਈਮ ਹੀ ਨਹੀਂ ਲੱਗਦਾ ਨਾ ਬਾਣੀ ਪੜਨ ਦਾ ਨਾ ਗੁਰਦੁਆਰੇ ਆਉਣ ਦਾ ਨਾ ਮੱਥਾ ਟੇਕਣ ਦਾ ਨਾ ਕਿਤੇ ਗੁਰਪੁਰਬ ਤੇ ਆਦਰੀ ਪਰਨ ਦਾ ਟਾਈਮ ਹੀ ਨਹੀਂ ਜੇ ਲੱਗਦਾ ਹੈ ਹੀ ਨਹੀਂ ਹੁਣ ਉਹ ਮੋਹ ਉਧਰ ਹੋ ਗਿਆ ਔਰ ਉਸ ਪਾਸੇ ਨੂੰ ਚੱਲ ਪਿਆ ਔਰ ਭਾਈ ਸਾਹਿਬ ਕਹਿੰਦੇ ਨੇ ਉਹਦੇ ਵਿੱਚੋਂ ਉਦਾਸ ਰੱਖ ਆਪਣੇ ਆਪ ਨੂੰ ਉਪਰਾਮ ਰਹਿਣਾ ਸੰਸਾਰ ਪਰਿਵਾਰ ਕਾਰੋਬਾਰ ਸਭ ਕਾਹੇ ਦੇ ਵਿੱਚ ਪਰ ਇੰਨਾ ਵੀ ਅਨੁਭਾਵੀ ਨਹੀਂ ਹੁੰਦੇ ਨਾ ਗੁਰਮਤ ਤੋਂ ਗੁਰੂ ਤੋਂ ਗਿਆਨ ਤੋਂ ਧਾਰਮਿਕਤਾ ਧਰਮ ਤੋਂ ਤੈਨੂੰ ਦੂਰ ਲੈ ਜਾਵੇ ਉਹਦੇ ਉੱਪਰ ਧਰਮ ਹੋਵੇ ਧਰਮੀ ਉਹਦੇ ਤੋਂ ਉੱਚਾ ਉੱਠੇ ਸੋਈ ਗੁਰ ਚਾਹੀਏ ਕਹਿੰਦਾ ਐਸਾ ਗੁਰੂ ਚਾਹੀਦਾ ਜਿਹੜਾ ਇਹ ਸੰਦੇਸ਼ ਦੇਵੇ ਤੂੰ ਆ ਸਤੰਦਾਂ ਕਟੀਆਂ ਜਾਂ ਨਗੀਆਂ ਉਹ ਸਤਗੁਰੂ ਏ ਇਹ ਮਾਇਆ ਜਿਤ ਹਰ ਵਿਸਰੈ ਮੋਹ ਜੇ ਪਉ ਦੂਜਾ ਲਾਇਆ ਕਹ ਨਾਨਕ ਮਹਾਰਾਜ ਸਚੀ ਪਾਸ਼ਾ ਕਹਿੰਦੇ ਉਹ ਰੱਬ ਦੇ ਪਿਆਰੇ ਜਿਨੀਆਂ ਵਿੱਚੇ ਮਾਇਆ ਜਿਨ੍ਹਾਂ ਨੇ ਮਾਇਆ ਸੰਸਾਰ ਪਰਿਵਾਰ ਕਾਰੋਬਾਰ ਵਿੱਚ ਰਹਿੰਦਿਆਂ ਹੋਿਆਂ ਮਾਲਕ ਨੂੰ ਪਾ ਲੈਂਦੇ ਉਹ ਆ ਮਾਇਆ ਪ੍ਰਭੂ ਦੀ ਛਾਇਆ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਉਹ ਰੱਬ ਨਾਲ ਜੁੜਦੇ ਨੇ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਜਿਨੇ ਬਣਾਈ ਉਹਨੂੰ ਜਾਣ ਤੋਂ ਪਿੱਛੇ ਹਟ ਦੇਗੀ ਉਹਨੂੰ ਜਾਣ ਬੇਖ ਅਮਰਤਾ ਏਕ ਹੈ ਬੁੱਝੈ ਪੁਰਖ ਸਦਾਨ ਅੰਮ੍ਰਿਤ ਜ਼ਹਿਰ ਇੱਕੇ ਥਾਂ ਨੇ ਵਿਕਾਰ ਨਰੰਕਾਰ ਦੀ ਜੋਤ ਇੱਕੇ ਥਾਂ ਅੰਦਰ ਤੂੰ ਉਹਨੂੰ ਜਾਣ ਉਹ ਉੱਪਰ ਆ ਜੂ ਥੱਲੇ ਦੱਬ ਜਾਏਗੀ ਉਹਦੇ ਵਿਕਾਰ ਜਗ ਪੈ ਉਹ ਉੱਪਰ ਆ ਗਈ ਸੱਚ ਥੱਲੇ ਦਬਿਆ ਪਰਛਾਈ ਥੱਲੇ ਰਹਿ ਜਾਵੇਗਾ ਕਹਿਣ ਲੱਗੇ ਪਰਮਾਤਮਾ ਨਾਲ ਜੁੜ ਉਹ ਕਿਰਪਾ ਕਰੇਗਾ ਉਹਦੇ ਮਾਰਗ ਤੇ ਚੱਲ ਤੇਰਾ ਆਇਆ ਸਫਲਾ ਬੇੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਦੇ ਬਚਨ ਜਾਣ ਕੇ ਸੰਗਤ ਨੇ ਹਿਰਦਿਆਂ ਚ ਵਸਾਵਨਾ ਯਤਨ ਕਰੀਏ ਸਾਡਾ ਜੀਵਨ ਉਸ ਮਾਰਗ 'ਵਲ ਨੂੰ ਚੱਲੇ ਜਿੰਨਾ ਜਿੰਨਾ ਕਰ ਸਕਦੇ ਬਾਣੀ ਨਾਲ ਜੁੜੀਏ ਆਪਣੇ ਅੰਦਰ ਔਰ ਸੁਰਤ ਨੂੰ ਜਗਾਈਏ ਜਪਦਿਆਂ ਹੋਇਆਂ ਜੁੜਦਿਆਂ ਤੁਰਦਿਆਂ 5 ਮਿੰਟ 10 ਮਿੰਟ ਅਮਰਤ ਵੇਲੇ ਜ਼ਰੂਰ ਬੈਠਿਆ ਕਰੋ ਵਾਹਿਗੁਰੂ 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 ਇਹ ਤੁਹਾਨੂੰ ਇਹ ਨਵ ਚੀਨੀ ਬੋਲਣਾ ਜਿੰਨਾ ਮੈਂ ਬੋਲੀ ਜਾਂਦਾ ਮੈਂ ਤਾਂ ਤਾਂ ਬੋਲਦਾ ਵੀ ਤੁਹਾਨੂੰ ਸਮਝ ਆ ਜਾਏ ਇਹ ਨੋਵੇ ਲਾਗੇ ਕਈ ਵਾਰ ਜਵਾਖ ਜੱਲਾ ਸੁੱਤਾ ਹੁੰਦਾ ਉਹ ਕਹੇ ਤੇ ਵੈਗਰੂ ਆਪਣਾ ਉਹਨਾਂ ਲਈ ਡਾਂਗ ਬਣ ਜਾਓ ਦਰਗਾਲਾਂ ਖੱਢੀ ਜਾਣ ਨਹੀਂ ਗੁਰਮਖੋ ਆਪ ਸੁਨਣਾ ਆਪ ਹੀ ਜਪਣਾ ਇਸ ਧੁਨ ਵਿੱਚ ਧਿਆਨ ਟਿਕਾਉਣਾ ਧਿਆਨ ਇਹ ਨੋ ਵੀ ਅਸੀਂ ਵੈਗਰੂ ਜਪਣੇ ਤੇ ਧਿਆਨ ਕਿਦੇ ਹੋਰ ਹੋਵੇ ਉਹ ਫਲਾਨਾ ਨਹੀਂ ਉੱਠਿਆ ਫਲਾਨਾ ਨਹੀਂ ਸਭ ਕੁਝ ਛੱਡ ਦੇ 5 ਮਿੰਟ ਜਪੋ ਚਾਹੇ 50 ਮਿੰਟ ਜਪੋ ਜਦੋਂ ਜਪੋਂਗੇ ਜਿਵੇਂ ਜਿਵੇਂ ਅੰਦਰ ਨੂੰ ਸਕੂਨ ਮਿਲੇਗਾ ਆਪਣੇ ਆਪ ਹੀ ਗੁਰੂ ਦੀ ਕਿਰਪਾ ਹੋਵੇਗੀ ਸਤਿਗੁਰੂ ਸਾਡੇ ਸਾਰਿਆਂ ਤੇ ਮੇਰ ਕਰਨ ਸਾਨੂੰ ਉਸ ਮੱਤ ਬਖਸ਼ਣ ਬੇਅੰਤ ਭੁੱਲਾਂ ਦੀ ਖਿਮਾ ਕਰੇ ਜੇ ਦਾਤੇ ਦੇ ਬਚਨ ਗੁਰਮਤ ਦੇ ਜਾਣ ਹਿਰਦਿਆਂ ਚ ਵਸਾਉਣੇ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ